ਮੇਰਾ ਖਿਆਲ ਇਹਦੇ ਨਾਲ ਮਸਲਾ ਹੱਲ ਨਹੀਂ ਹੋਣਾ, ਇਹ ਬਿਆਨ ਦਾ ਬਿਆਨ ਹੀ ਰਹਿ ਜੂਗਾ। ਸਾਡੇ ਕੋਲ 1 ਲੱਖ ਬੰਦਾ ਪੰਜਾਬ ਵਾਲਿਆਂ ਕੋਲ 1 ਲੱਖ, ਅਸੀਂ ਸਾਰਿਆਂ ਨੇ ਕਹਿਤਾ ਵੀ ਜਿਹੜਾ ਸਾਡਾ ਪੱਕਾ ਵਰਕਰ ਹੈ 160-170 ਬੰਦਿਆਂ ਦਾ ਸਾਡੇ ਕੋਲ ਕੋਈ ਲਿਸਟ ਆ ਗਈ ਅਤੇ ਚੱਕੇ ਮੈਨੂੰ ਵੱਧ ਲੱਗਦੇ ਨੇ, ਚੱਕ ਤਾਂ ਮੇਰਾ ਖਿਆਲ 500 ਦੇ ਨੇੜੇ ਤੇੜੇ ਜਾਊਗਾ। ਜਿਹੜੀ ਗੱਲ 2 ਮਹੀਨੇ ਤੋਂ ਲੌਂਕੀ ਜਾਂਦੀ ਹੈ ਕਿ ਉਹਨੇ 1 ਗੱਲ ਕਹੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ RMP ਟੈਲੀਵਿਜ਼ਨ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਬਿਆਨ ਆਉਂਦਾ ਗਾ ਵੀ ਟੇਬਲ ਟਾਕ ਲਈ ਤਿਆਰ ਹਾਂ, 22 ਵਾਲੀ ਗੱਲ ਤੋਂ ਅੱਗੇ ਗੱਲਬਾਤ ਲਈ ਤਿਆਰ ਹਾਂ, ਅਤੇ ਇੱਕ ਪਾਸੇ ਜਿਹੜੇ ਨੌਜਵਾਨ ਆ ਤਸ਼ੱਦਦ ਵੀ ਹੋ ਰਿਹਾ ਉਹਨਾਂ ਦੇ ਉੱਤੇ, ਮੀਡੀਆ ਵਾਲਿਆਂ ਦੀ ਵੀ ਗ੍ਰਿਫਤਾਰੀ ਹੋਈ ਆ, ਬਹੁਤ ਸਾਰੀਆਂ ਗੱਲਾਂ ਗਈਆਂ। ਅਤੇ ਅੱਜ ਜੇ ਆਪਾਂ ਖਬਰ ਦੀ ਗੱਲ ਕਰਦੇ ਹਾਂ, ਅੱਜ ਜਿਹੜੀ ਸਭ ਤੋਂ ਵੱਡੀ ਖਬਰ ਆ ਇਸ ਟਾਈਮ ਦੀ ਉਹ ਆ ਜਿਹੜੀ ਕਿਸਾਨ ਜਥੇਬੰਦੀਆਂ ਦੀ 32 ਦੀ ਜਿਹੜੀ ਇੱਕ ਮੀਟਿੰਗ ਹੋਈ ਆ, ਇੱਕ ਪਾਸੇ ਪ੍ਰੈਸ ਕਾਨਫਰੰਸ ਚੱਲ ਰਹੀ ਆ। ਸਾਡੇ ਨਾਲ ਮੌਜੂਦ ਨੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ। ਰੁਲਦੂ ਜੀ, ਕੀ ਅੱਜ ਦੀ ਮੀਟਿੰਗ ਦੇ ਵਿੱਚ ਖਾਸ ਰਿਹਾ, ਕੀ ਮੁੱਦਿਆਂ 'ਤੇ ਗੱਲਬਾਤ ਹੋਈ? ਅੱਜ ਦੀ ਮੀਟਿੰਗ ਦੇ ਵਿੱਚ ਇਹ ਰਿਹਾ ਹੈਗਾ ਵੀ 26 ਤੋਂ ਬਾਅਦ ਕੁਛ ਆਪ 'ਚ ਤਲਖੀ ਵਧੀ ਸੀਗੀ ਜੀ ਜਥੇਬੰਦੀਆਂ 'ਚ ਅਤੇ ਜਥੇਬੰਦੀਆਂ ਦੇ ਲੀਡਰਾਂ ਨਾਲ, ਅਤੇ ਅੱਜ ਪੂਰਾ ਫੈਸਲਾ ਹੋ ਗਿਆ ਵੀ ਕਿਸੇ ਵੀ ਸਾਡੀ ਕਿਸੇ ਦੀ ਵੀ ਸਟੇਜ ਚੱਲਦੀ ਆ, ਕਿਸੇ ਵੀ ਜਥੇਬੰਦੀ ਕਿਤੇ ਚੱਲਦਾ ਹੈਗਾ ਜੀ, ਉਹ 'ਤੇ ਸਰਕਾਰ ਹਮਲਾ ਕਰੇ ਜੀ ਅਤੇ ਸਰਕਾਰ ਦੇ ਗੁੰਡੇ ਹਮਲਾ ਕਰਨਗੇ ਤਾਂ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਊਗਾ ਜੀ। ਕਿਸੇ ਦੇ ਮਤਲਬ ਇਹ ਨਹੀਂ ਹੈਗਾ ਵੀ ਚੱਲਦੇ ਕੰਮ 'ਚ ਵਿਘਨ ਪਾਇਆ ਜਾਊਗਾ, ਪੂਰਾ ਇਕਜੁੱਟਤਾ ਦਿਖਾਈ ਜਾਊਗੀ, ਸਾਰਾ ਕੁਝ ਕਰਿਆ ਜਾਊਗਾ, ਇਹ ਇੰਨੇ ਇਹ ਗੱਲ ਹੋਈ ਹੈ ਜੀ। ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਫਿਰ ਗੱਲਬਾਤ ਦਾ ਪਹਿਲਾ ਜਿਹੜਾ ਆਪਾਂ ਕਹਿ ਦਈਏ ਬਿਆਨ ਆਇਆ ਗਾ, 22 ਤੋਂ ਅਸੀਂ ਗਾਂਹ ਵਧਣ ਨੂੰ ਤਿਆਰ ਹਾਂ, ਟੇਬਲ ਟਾਕ ਲਈ ਤਿਆਰ ਹੋ ਤੁਸੀਂ? ਮੇਰਾ ਖਿਆਲ ਹੈ ਸਾਡੀ ਪਰੇਡ ਨੇ ਜੀ ਅਤੇ ਬਹੁਤ ਦੁਬਾਰੇ ਫਿਰ ਧਰਨਿਆਂ ਦੀ ਮਜ਼ਬੂਤੀ ਨੇ, ਚਾਹੇ ਟਕੈਂਸਾ ਵਾਲਾ ਧਰਨਾ ਮਜ਼ਬੂਤੀ ਜਾਇਆ, ਜਿੰਨੇ ਤੋਂ ਅਸੀਂ ਬੈਠੇ ਹਾਂ ਪੰਜਾਬ ਵਾਲੇ ਹਰਿਆਣੇ ਬੈਠੇ ਹਾਂ, ਇੱਧਰ ਘੱਟ ਸਾਡਾ ਵੱਧ ਗਿਆ। ਇਸ ਨੂੰ ਦੇਖ ਕੇ ਇਹ ਪਹਿਲੀ ਵਾਰ ਆ ਵੀ ਪ੍ਰਧਾਨ ਮੰਤਰੀ ਨੇ ਟਵਿੱਟ ਕਰਿਆ ਉਹਦਾ ਬਿਆਨ, ਮੇਰਾ ਖਿਆਲ ਅੱਜ ਤੱਕ ਕਦੇ ਨਹੀਂ ਕਿਸੇ ਗੱਲ 'ਚ ਕਰਿਆ ਉਹਨਾਂ ਨੇ, ਪਰ ਨਾਲ ਦੀ ਨਾਲ ਗੱਲ ਉਹ ਹੀ ਕਹਿ ਗਿਆ ਜਿਹੜੀ ਗੱਲ 2 ਮਹੀਨੇ ਤੋਂ ਲੌਂਕੀ ਜਾਂਦੀ ਹੈ ਕਿ ਉਹਨੇ 1 ਗੱਲ ਕਹੀ ਹੈ ਵੀ ਮੈਂ ਮਤਲਬ ਜਿਹੜਾ ਸਾਡੇ ਮੰਤਰੀਆਂ ਨੇ ਸੁਝਾਅ ਦਿੱਤਾ ਕਿਸਾਨ ਆਗੂਆਂ ਨੂੰ, ਉਹਨਾਂ 'ਤੇ ਅਸੀਂ ਦੁਬਾਰੇ ਗੱਲ ਕਰਨ ਨੂੰ ਤਿਆਰ ਹਾਂ। ਮੇਰਾ ਖਿਆਲ ਇਹਦੇ ਨਾਲ ਮਸਲਾ ਹੱਲ ਨਹੀਂ ਹੋਣਾ, ਇਹ ਬਿਆਨ ਦਾ ਬਿਆਨ ਹੀ ਰਹਿ ਜੂਗਾ, ਕਿਉਂ ਅਸੀਂ ਉਹਨਾਂ ਦੇ ਕਰ ਲਈ ਗੱਲ 2 ਮਹੀਨੇ ਗੱਲ ਨਹੀਂ ਸਿਰੇ ਚੜ੍ਹੀ ਅਤੇ ਉਹਦੇ ਬਿਲਕੁਲ ਨਹੀਂ ਹੋਣੀ ਉਸ 'ਤੇ ਗੱਲ। ਜੇ ਕੋਈ ਉਹਨਾਂ ਕਾਨੂੰਨਾਂ ਨੂੰ ਖਾਰਜ ਕਰਨ ਵਾਸਤੇ ਕੋਈ ਪ੍ਰਧਾਨ ਮੰਤਰੀ ਦਾ ਬਿਆਨ ਆਉਂਦਾ ਫਿਰ ਗੱਲ ਤੁਰ ਸਕਦੀ ਹੈ ਗਾਹਾਂ ਜੀ। ਇੱਕ ਪਾਸੇ ਚਰਚਾ ਇਹ ਵੀ ਹੁੰਦੀ ਹੈ ਕਿਤੇ ਨਾ ਕਿਤੇ, ਚਲੋ ਨਹੀਂ ਕਿਸਾਨਾਂ ਦੇ ਵਿੱਚ ਚਰਚਾ ਪਰ ਡਿਬੇਟਾਂ ਦੇ ਵਿੱਚ ਅਕਸਰ ਇਹ ਚਰਚਾ ਹੋ ਜਾਂਦੀ ਹੈ ਵੀ ਵਿਚਲਾ ਰਸਤਾ, ਕੋਈ ਹੁਣ ਕੋਈ ਪੁਆਇੰਟ ਸੋਚ ਰਹੇ ਹੋ ਵਿਚਲੇ ਰਸਤੇ ਲਈ ਕਿ ਨਹੀਂ ਉੱਥੇ ਹੀ ਖੜੇ ਹੋ ਰੱਦ ਵਾਲੀ ਗੱਲ 'ਤੇ? ਬਿਲਕੁਲ, ਮੇਰਾ ਖਿਆਲ ਹੈ ਕੋਈ ਵਿਚਲਾ ਰਸਤਾ ਨਹੀਂ ਹੈਗਾ। ਮਤਲਬ ਅੱਜ ਸਾਡੇ ਇੱਕ ਵਕੀਲ ਆਏ ਸੀਗੇ ਜੀ, ਮੈਨੂੰ ਉਹਨਾਂ ਦੀ ਗੱਲ ਵਧੀਆ ਪਹਿਲਾਂ ਪਤਾ, ਮੈਨੂੰ ਪਹਿਲਾਂ ਪਤਾ, ਸਾਨੂੰ ਅਸੀਂ ਲੋਕਾਂ ਨੂੰ ਦੱਸਿਆ ਵੀ ਹੋਰ ਸਾਰਾ ਕੁਛ ਕਾਰੋਬਾਰ ਉਹਦੇ ਹੱਥ 'ਚ ਲੈ ਲਿਆ, ਬੰਦਾ ਕੱਪੜੇ ਬਣਾ ਸਾਰ ਸਕਦਾ, ਜੋੜਿਆਂ ਬਣਾ ਸਾਰ ਸਕਦਾ, ਖੁਰਾਕ ਬਣਾ ਨਹੀਂ ਸਾਰ ਸਕਦਾ, ਹੁਣ ਸ਼ਾਮਰਾਜ ਪੂੰਜੀਵਾਦ ਨੇ ਖੇਤੀ ਨੂੰ ਆਪਦੇ ਕਬਜ਼ੇ 'ਚ ਲੈਣਾ, ਉਹਨਾਂ ਦਾ ਨਿਗਾਹ ਇਹੀ ਹੈ। ਜੇ 3 ਨੂੰ ਰੱਦ ਹੁੰਦੇ ਨੇ ਤਾਂ ਉਹ ਸਾਡੀ ਖੇਤੀ ਨੂੰ ਕਬਜ਼ੇ 'ਚ ਨਹੀਂ ਲੈਦੇ, ਵਿਚਾਲਾ ਰਸਤਾ ਕੱਢਣ ਲੱਗ ਪਿਆ ਹੀ ਨਹੀਂ ਗਾ, ਨਹੀਂ ਕੋਈ ਵੀ ਨਿਗਾਹ ਲਈ ਹੈ ਜੀ, ਹਜੇ ਵੀ ਅਸੀਂ ਡਟੇ ਹੋਏ ਇਸ ਗੱਲ 'ਤੇ ਵੀ 3 ਨੂੰ ਰੱਦ ਕਰਾਵਾਂਗੇ ਬਸ। ਇਸ ਜਿਹੜੇ ਨੌਜਵਾਨ ਨੇ, ਜਿਹੜੇ ਨੌਜਵਾਨ ਹਜੇ ਕਿੰਨਾ ਦਾ ਪਤਾ ਨਹੀਂ ਲੱਗ ਰਿਹਾ ਜਾਂ ਕੁਛ ਜੇਲ੍ਹ ਦੇ ਵਿੱਚ ਨੇ, ਤਿਹਾੜ ਜੇਲ੍ਹ ਦੀ ਖਬਰ ਆਈ ਹੈ ਉੱਥੇ ਨੇ ਜਾਂ ਵੱਖੋ ਵੱਖ ਥਾਣਿਆਂ ਦੇ ਵਿੱਚ ਇੱਕ ਪੱਤਰਕਾਰ ਦੇ ਨਾਲ ਵੀ ਇੱਕ ਫੜਿਆ ਗਿਆ ਗਾ ਪੱਤਰਕਾਰ ਮਨਦੀਪ ਪੂਣੀਆ, ਉਸ ਦੇ ਬਾਰੇ ਵੀ ਮੀਟਿੰਗ ਦੇ ਵਿੱਚ ਚਰਚਾ ਹੋਈ ਹੈ? ਹਾਂ, ਚਰਚਾ ਪੂਰੀ ਜ਼ੋਰ ਨਾਲ ਹੋਈ ਹੈਗੀ, ਉਹ ਸਾਡਾ ਪਹਿਲਾਂ ਹੀ ਫੈਸਲਾ ਹੋ ਗਿਆ ਸੀਗਾ ਜੋ ਉਹਨਾਂ ਦੀ ਜ਼ਮਾਨਤ ਕਰਾਉਣ 'ਤੇ, ਅਤੇ ਉਹਨਾਂ ਦਾ ਮਤਲਬ ਜੋ ਟਰੈਕਟਰ ਟੁੱਟੇ ਨੂੰ ਖਰਚਾ ਕਰਦੇ ਵੀ ਸਾਰਾ ਖਰਚਾ ਲੋਕਾਂ ਦਾ ਪੈਸਾ ਸਾਡੇ ਕੋਲ ਆਇਆ, ਉਹ ਪੈਸਾ ਅਸੀਂ ਖਰਚ ਕਰਾਂਗੇ, ਅਤੇ ਨਾਲ ਅਸੀਂ ਸਾਡੇ 4 ਮੈਂਬਰੀ ਕਮੇਟੀ ਬਣਾਤੀ ਵੀ ਤੁਸੀਂ ਉਹਨਾਂ ਤੋਂ ਪਤਾ ਕਰਕੇ ਮਤਲਬ ਫੋਨ ਲਓ ਉਹਨਾਂ ਦੇ ਜਿਹਦੇ ਬੱਚੇ ਉੱਥੇ ਨੇਗੇ, ਉਹਦੀ ਪੂਰੀ ਪੈਰਵਾਹੀ ਕਰਾਂਗੇ, ਜਦ ਕਿ ਇਕੱਲਾ ਫੈਸਲਾ ਹੈ ਜਿਹੜਾ ਸਾਡਾ SD ਸੈੱਲ ਚੱਲਦਾ ਉਹਦੇ ਰਾਹੀਂ ਵੀ ਅਸੀਂ ਆਪਦੇ ਫੋਨ ਨੰਬਰ ਦਿੱਤੇ ਨੇ ਕਿ ਸਾਡੇ ਨਾਲ ਤੁਸੀਂ ਪਤਾ ਕਰੋ। ਸਾਨੂੰ ਹਜੇ ਮੇਰਾ ਖਿਆਲ ਹੈ ਵੀ 160-170 ਬੰਦਿਆਂ ਦਾ ਸਾਡੇ ਕੋਲ ਕੋਈ ਲਿਸਟ ਆ ਗਈ ਅਤੇ ਚੱਕੇ ਮੈਨੂੰ ਵੱਧ ਲੱਗਦੇ ਨੇ, ਚੱਕ ਤਾਂ ਮੇਰਾ ਖਿਆਲ 500 ਦੇ ਨੇੜੇ ਤੇੜ ਜਾਊਗਾ ਜੇ ਪੂਰੀ ਪੜਤਾਲ ਹੋ ਜੇ, ਹਜੇ ਪੱਕਾ ਪਤਾ ਨਹੀਂ, ਮੈਨੂੰ ਲੱਗਦਾ ਹੈਗਾ। ਇਸ ਕਰਕੇ ਉਹ 'ਤੇ ਅਸੀਂ ਪੂਰੀ ਆਪਦਾ ਪੂਰਾ ਜ਼ੋਰ ਲਾਵਾਂਗੇ, ਉਹ ਬੱਚੇ ਸਾਡੇ ਨੇ ਚਾਹੇ ਹਰਿਆਣੇ ਦੇ ਹੋਣ, ਰਾਜਸਥਾਨ ਦੇ ਹੋਣ, UP ਦੇ ਹੋਣ, ਉਹਨਾਂ ਦੇ ਸਾਰਿਆਂ 'ਤੇ ਮਤਲਬ ਪੈਸਾ ਵੀ ਅਸੀਂ ਖਰਚ ਕਰਾਂਗੇ ਅਤੇ ਉਹਦੀ ਪੈਰਵੀ ਵੀ ਕਰਾਂਗੇ। ਹੁਣ ਥੋੜ੍ਹਾ ਜਿਹਾ ਢਿੱਲ ਕੀ ਪੈ ਰਹੀ ਆ ਅੰਦੋਲਨ ਦੇ ਵਿੱਚ,
ਮਤਲਬ ਜੋ ਪੂਰਾ ਅੰਦੋਲਨ ਵਧਣਾ ਸ਼ੁਰੂ ਹੋਇਆ ਹੁਣ ਤੱਕ ਉਲਝ ਕੇ ਨਹੀਂ ਨਾ ਸੀ 26 ਤੋਂ ਬਾਅਦ ਹੁਣ ਸਾਡੇ ਦੇ ਪਰਚੇ ਦਰਜ ਹੋਏ ਹੋਏ ਨੇ ਮਤਲਬ ਅਸੀਂ ਵਕੀਲ ਸਾਡੇ ਕੋਲ ਇੱਕ ਚੰਡੀਗੜ੍ਹ ਤੋਂ ਟੀਮ ਆਈ ਹੈ ਵਕੀਲਾਂ ਦੀ ਹੋਰ ਸਭ ਵਕੀਲ ਆਉਂਦੇ ਨੇ ਉਹ ਵੀ ਬਹੁਤ ਪੈਰਵਾਹੀ ਕਰ ਰਹੇ ਨੇ ਉਹ ਵੀ ਪੂਰਾ ਜ਼ੋਰ ਲਾਵਾਂਗੇ ਅਸੀਂ ਜੀ ਇੱਕ ਖਾਸ ਤੌਰ 'ਤੇ ਜਿਹੜੀ ਅੱਜ ਵੀ ਗੱਲ ਦੇਖਣ ਨੂੰ ਮਿਲੀ ਹੈ ਪਹਿਲਾਂ ਗੱਲ ਦੇਖਣ ਨੂੰ ਮਿਲੀ ਹੈ ਪੱਥਰਬਾਜ਼ੀ ਹੋਈ ਆ ਅੱਜ ਵੀ ਥੋੜ੍ਹਾ ਜਿਹਾ ਫੋਰਸ ਅੱਗੇ ਨੂੰ ਵਧੀਆ ਇੱਕ ਗਲੀ ਆ ਗਲੀ ਦੇ ਵਿੱਚ ਵੀ ਫੋਰਸ ਆਈ ਆ ਉਹ ਵੀ ਤੁਹਾਡੇ ਧਿਆਨ ਦੇ ਵਿੱਚ ਹੈਗਾ ਵੀ ਕੁਛ ਹਿਲਜੁਲ ਹੋ ਰਹੀ ਆ ਲਾਈਟਾਂ ਕੱਟੀਆਂ ਜਾ ਰਹੀਆਂ ਟਰਾਂਸਫਾਰਮ ਤੋਂ ਬਿਜਲੀ ਕੱਟੀ ਜਾ ਰਹੀ ਆ ਮੇਰਾ ਖਿਆਲ ਤੋਵਰ ਨੇ ਇੱਕ ਬਿਆਨ ਦਿੱਤਾ ਸੀ ਮੈਂ ਬੜਾ ਗੌਰ ਨਾਲ ਸੁਣਿਆ ਸੀਗਾ 26 ਤੋਂ ਬਾਅਦ ਕਹਿੰਦਾ ਵੀ ਹੁਣ ਇੱਕ 2-4 ਦਿਨਾਂ 'ਚ ਧਰਨੇ ਵੀ ਸਮਾਪਤ ਹੋ ਜਾਣਗੇ ਉਹਨਾਂ ਦੀ ਉਹੀ ਚਾਲ ਤੀ ਪਾਣੀ ਬੰਦ ਕਰ ਦੇਣਾ ਕੁਛ ਹੋਰ ਬੰਦ ਕਰ ਦੇਣਾ ਆਪਦੇ ਗੁੰਡਿਆਂ ਤੋਂ ਪੱਥਰਬਾਜ਼ੀ ਕਰਾ ਦੇਣੀ ਉਹ ਕੋਈ ਚੱਲ ਕਰਨਗੇ ਕੋਈ ਨਹੀਂ ਅਸੀਂ ਨਿਬੜਾਂਗੇ ਉਹਨਾਂ ਨੂੰ ਕੋਈ ਕੋਈ ਸਾਨੂੰ ਚਿੰਤਾ ਵਾਲੀ ਗੱਲ ਨਹੀਂ ਨਿਬੜਾਂਗੇ ਜੀ ਅਤੇ ਖਾਸ ਤੌਰ ਦੇ ਉੱਤੇ ਜਿਹੜੇ ਨੌਜਵਾਨਾਂ ਦੀ ਜਾਨ ਗਈ ਆ 26 ਤਰੀਕ ਨੂੰ ਉਹਦੇ ਉੱਤੇ ਸ਼ਰਧਾਂਜਲੀ ਜਾਂ ਕੁਛ ਉਹਦੇ ਵੀ ਕਰ ਰਹੇ ਹਾਂ ਉਹ ਤਾਂ ਅਸੀਂ ਜਦੋਂ ਮੀਟਿੰਗ ਕਰਦੇ ਹੁੰਦੇ ਕੋਈ ਮਤਲਬ ਦੂਜੇ ਤੀਜੇ ਦਿਨ ਸ਼ਰਧਾਂਜਲੀ ਭੇਟ ਕਰਦੇ ਹੀ ਰਹੇ ਨੇ ਹੁੰਦੇ ਗੇ ਠੀਕ ਹੈ ਨਾ ਗੱਲ ਇਹ ਇੱਕ ਖਾਸ ਦੁੱਖ ਦੀ ਗੱਲ ਹੈ ਵੀ ਜਿਹੜੇ ਗੋਲੀ ਨਾਲ ਨੌਜਵਾਨ ਸ਼ਹੀਦ ਹੋਵੇ ਜਾਂ ਕੁਛ ਕਾਸੇ ਨਾਲ ਹੋਵੇ ਉਹ ਖਾਸ ਸ਼ਹੀਦ ਉਹੀ ਹੁੰਦਾ ਹੁੰਦਾ ਹੈਗਾ ਵੀ ਉਹਨਾਂ ਬਾਰੇ ਵੀ ਸ਼ਰਧਾਂਜਲੀ ਵੀ ਕਰਾਂਗੇ ਸਾਰਾ ਕੁਛ ਕਰਦੇ ਹਾਂ ਕਰਿਆ ਵੀ ਪਹਿਲਾਂ ਕਰਾਂਗੇ ਜੀ ਕਈ ਵਾਰ ਕੋਈ ਗੱਲ ਆ ਜਿਹੜੀ ਪਿੱਛੇ ਜਾਂ ਪੰਜਾਬ ਹੋਵੇ ਹਰਿਆਣਾ ਹੋਵੇ ਲੋਕਾਂ ਤੱਕ ਕਈ ਵਾਰੀ ਕੁਛ ਗਲਤ ਪਹੁੰਚ ਜਾਂਦੀ ਆ ਸਟੇਜ ਦੇ ਉੱਤੋਂ ਸਟੇਜ ਦੀ ਮਾਣ ਮਰਿਆਦਾ ਦਾ ਵੀ ਖਿਆਲ ਰੱਖਿਆ ਜਾਊਗਾ ਕਿਉਂਕਿ ਕੁਛ ਚੀਜ਼ਾਂ ਹੋਈਆਂ ਜਿਹੜੀਆਂ ਹੋ ਸਕਦਾ ਤਿਲਕਣਬਾਜ਼ੀ ਵਾਲੇ ਪਾਸੇ ਜਾ ਸਕਦੀਆਂ ਸੀ ਪਰ ਬੜੇ ਤਰੀਕੇਬੱਧ ਜਾਂ ਯੋਜਨਾਬੱਧ ਤਰੀਕੇ ਨਾਲ ਸੰਭਾਲਿਆ ਚਰਚਾ ਹੁੰਦੀ ਰਹਿੰਦੀ ਹੈ ਮੀਟਿੰਗ 'ਚ ਹਾਂ ਬਿਲਕੁਲ ਹੁੰਦੀ ਰਹਿੰਦੀ ਹੈਗੀ ਇਹ ਅਸਲ ਕੀ ਕਾਰਨ ਕਿ ਅਸੀਂ ਜੱਜ ਕਿਵੇਂ ਗਏ ਜਿਹੜੇ ਆਮ ਲੋਕ ਆਏ ਸੀਗੇ 26 ਨੂੰ ਕੁਛ ਤਾਂ ਟਰੈਕਟਰ ਨੂੰ ਮੁੰਡੇ ਅਤੇ ਇੰਨੇ ਟਰੈਕਟਰ ਅਸੀਂ ਇੱਥੇ ਰੱਖ ਨਹੀਂ ਸਕਦੇ ਸੀਗੇ ਪਰ ਸਾਡੇ ਕੋਲ ਪੱਕੀ ਫੋਰਸ ਸਾਰੀਆਂ ਜਥੇਬੰਦੀਆਂ ਕੋਲ ਬਹੁਤ ਹੈ ਸਾਡੇ ਕੋਲ 1,00,000 ਬੰਦਾ ਪੰਜਾਬ ਵਾਲਿਆਂ ਕੋਲ 1,00,000 ਅਸੀਂ ਸਾਰਿਆਂ ਨੇ ਕਹਿਤਾ ਵੀ ਜਿਹੜਾ ਸਾਡਾ ਪੱਕਾ ਵਰਕਰ ਹੈ ਉਹ ਰਹੂਗਾ ਨਹੀਂ ਉਹ ਇੱਥੇ ਆਊਗਾ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕਰ ਲਿਆ ਮੈਂ ਖਾਸ ਸ਼ਿਕਰ ਕਹਿੰਦੀ ਪੰਜਾਬ ਯੂਨੀਅਨ ਕਰ ਲਿਆ ਬਲਾਕ ਦਾ ਦੂਗਾ ਜ਼ਿਲ੍ਹੇ ਕੋਈ ਛੁੱਟੀ ਨਹੀਂ ਕਿਉਂਕਿ ਸਾਰੀਆਂ ਛੁੱਟੀਆਂ ਬੰਦ ਕਰਤੀਆਂ ਵੀ ਸਾਰਿਆਂ ਨੂੰ ਇੱਥੇ ਰਹਿਣਾ ਪਊਗਾ ਜਿਹੜੇ ਪੱਕੇ ਵਰਕਰ ਨੇ ਉਹਨਾਂ ਨੂੰ ਕਹਿੰਦੇ ਵੀ ਇੱਥੇ ਆ ਜਾਓ ਸੰਭਾਲੋ ਜਾ ਕੇ ਪੰਗੜੋ ਉਸੇ ਕਰਕੇ ਇਕੱਠਾ ਦਾ ਵਧਣਾ ਸ਼ੁਰੂ ਹੋਇਆ ਜੀ 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 ਅੱਜ ਵੀ ਮੇਰੀ ਸਵੇਰੇ ਬੂਟਾ ਸਿੰਘ ਸ਼ਾਦੀਪੁਰ ਜੀ ਨਾਲ ਗੱਲਬਾਤ ਹੋ ਰਹੀ ਸੀ ਉਹਨਾਂ ਨੂੰ ਵੀ ਮੈਂ ਪ੍ਰਸ਼ਨ ਕੀਤਾ ਸੀ ਜਿਹੜੇ ਪੋਲੀਟੀਕਲ ਲੀਡਰ ਨੇ ਉਹ ਉੱਧਰ ਆ ਰਹੇ ਨੇ ਗਾਜੀਪੁਰ ਬਾਰਡਰ 'ਤੇ ਚਾਹੇ ਸਟੇਜ 'ਤੇ ਨਹੀਂ ਚੜ ਰਹੇ ਲੋਕਾਂ 'ਚ ਬੈਠ ਰਹੇ ਨੇ ਇੱਧਰ ਵੀ ਵੈਲਕਮ ਹੋਊਗਾ ਨਾਰੇਬਾਜ਼ੀ ਤਾਂ ਨਹੀਂ ਹੋਊਗੀ ਨਹੀਂ ਬੈਠਣ 'ਤੇ ਦੇਖੋ ਕੋਈ ਹੁਲੜਬਾਜ਼ੀ ਕਰਜੇ ਪਰ ਸਾਡਾ ਪ੍ਰੋਗਰਾਮ ਨਹੀਂ ਹੈਗਾ ਕਿਸੇ ਦੇ ਖਿਲਾਫ਼ ਨਾਰੇਬਾਜ਼ੀ ਕਰਨਾ ਸਾਡੀ ਯੋਜਨਾ ਨਹੀਂ ਹੈਗੀ ਜਥੇਬੰਦੀਆਂ ਦੇ ਆਗੂਆਂ ਦੀ ਵੀ ਕਿਸੇ ਦੇ ਖਿਲਾਫ਼ ਅਸੀਂ ਨਾਰੇਬਾਜ਼ੀ ਕਰੀਏ ਮੈਂ ਤਾਂ ਉੱਧਰ ਵੀ ਕਿਹਾ ਸੀ ਹੁਣ ਜੇ ਬਿੱਟੂ ਆਇਆ ਇੱਥੇ ਬੰਦਾ ਆਉਣਾ ਹੀ ਚਾਹੀਦਾ ਆਉਣ ਨੂੰ ਕੀ ਫਰਕ ਪੈਂਦਾ ਆਪਾਂ ਸਟੇਜ ਤੋਂ ਨਹੀਂ ਬੋਲਣ ਦੇ ਬਹਿ ਕੇ ਸੁਣਜੇ ਸਾਨੂੰ ਕੋਈ ਫਰਕ ਪੈਂਦਾ ਹੈਗਾ ਮਤਲਬ ਉਹ ਨਹੀਂ ਕਰਨੀ ਕੋਈ ਭਾਈ ਹੋਰ ਸਾਥੋਂ ਬਾਹਰ ਨਾ ਕੋਈ ਹੋਲੜਬਾਜ਼ ਉਹਦੇ ਖਿਲਾਫ਼ ਕਰਦੇ ਉਹ ਅਸੀਂ ਕਹਿ ਸਕਦੇ ਹਾਂ ਅਕਾਲੀਆਂ ਦੀ ਕਾਂਗਰਸ ਨਾਲ ਨਹੀਂ ਬਣਦੀ ਕਾਂਗਰਸ ਦੀ ਅਕਾਲੀਆਂ ਨਾਲ ਨਹੀਂ ਬਣਦੀ ਉਹ ਵਿੱਚ ਬੰਦੇ ਉਹਨਾਂ ਦੇ ਵੀ ਹੈਗੇ ਨੇ ਆਪ 'ਚ ਗਲਤ ਕਰਾ ਦਿੰਦੇ ਨੇ ਹੁਣ ਮੇਰਾ ਕਹਿੰਦਾ ਜਿਹੜਾ ਬਿੱਟੂ ਦਾ ਹੋਲੜਬਾਜ਼ੀ ਹੋਏ ਸਾਡੇ ਕੋਲ ਤਾਂ ਨਹੀਂ ਹੋਈ ਨਾ ਸਾਡੇ ਵਰਕਰਾਂ ਵੱਲੋਂ ਹੋਈ ਹੈ ਉਹ ਵੀ ਜਾਂ ਕਿਸੇ ਵੀ ਸਿਆਸੀ ਤੌਰ ਬੰਦੇ 'ਤੇ ਕਰੀਏ ਉਹੀ ਹੋਈ ਅਗਲਾ ਪਲਾਨ ਕੀ ਰਹਿਣ ਵਾਲਾ ਗਾ ਜੇ ਅਗਲੇ ਪਲਾਨ ਦੀ ਗੱਲ ਕਰਦੇ ਹਾਂ ਰੋਡ ਮੈਪ ਦੀ ਗੱਲ ਕਰਦੇ ਹਾਂ ਹੁਣ ਇੱਥੋਂ ਬਾਅਦ ਅਸੀਂ ਇੱਕ ਅਹਿਮ ਐਲਾਨ ਕਰਾਂਗੇ ਸੰਯੁਕਤ ਮੋਰਚੇ ਦੀ ਮੀਟਿੰਗ 'ਚ ਕੱਲ੍ਹ ਨੂੰ ਮੈਂ ਹੁਣ ਨਹੀਂ ਕਹਿ ਸਕਦਾ ਉਹਦਾ ਸਾਡੀਆਂ ਜਥੇਬੰਦੀਆਂ ਫੈਸਲਾ ਹੋ ਗਿਆ ਕੱਲ੍ਹ ਨੂੰ ਐਲਾਨ ਕਰਾਂਗੇ ਇੱਕ ਅਹਿਮ ਫੈਸਲਾ ਜੀ ਤੁਸੀਂ ਸਮਾਂ ਦਿੱਤਾ ਧੰਨਵਾਦ ਜੀ